ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਸੋਮਵਾਰ ਨੂੰ ਦਿੱਲੀ ਵਿਖੇ ਕਾਂਗਰਸ ਵਿੱਚ ਸ਼ਾਮਲ ਹੋਣਗੇ। ਉਹਨਾਂ ਨੂੰ ਪਟਿਆਲਾ ਤੋਂ ਕਾਂਗਰਸ ਦਾ ਉਮੀਦਵਾਰ ਐਲਾਨੇ ਜਾਣ ਦੀ ਸੰਭਾਵਨਾ ਹੈ। ਉਹਨਾਂ ਨੇ 2014 ਦੀਆਂ ਲੋਕ ਸਭਾ ਚੋਣਾਂ 'ਚ ਆਪ ਉਮੀਦਵਾਰ ਵਜੋਂ ਕਾਂਗਰਸ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾਇਆ ਸੀ। ਹੁਣ ਪ੍ਰਨੀਤ ਕੌਰ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਇੰਡੀਆ ਗੱਠਜੋੜ ਵੱਲੋਂ ਅਰਵਿੰਦ ਕੇਜਰੀਵਾਲ ਦੇ ਗ੍ਰਿਫਤਾਰੀ ਖਿਲਾਫ ਰੱਖੀ ਗਈ ਮਹਾ ਰੈਲੀ ਦੌਰਾਨ ਗਰਜਦੇ ਹੋਏ ਮੁੱਖ ਮੰਤਰੀ ਮਾਨ ਨੇ ਭਾਜਪਾ ਤੇ ਖੂਬ ਰਗੜੇ ਲਗਾਏ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖਤਰੇ 'ਚ ਹੈ ਭਾਜਪਾ ਵਾਲਿਆਂ ਨੂੰ ਲੱਗਦਾ ਹੈ ਕਿ ਇਸ ਨੂੰ ਉਹ ਡੰਡੇ ਨਾਲ ਚਲਾ ਲੈਣਗੇ ਪਰ ਇਹ ਦੇਸ਼ ਕਿਸੇ ਦੇ ਬਾਪ ਦੀ ਜ਼ਗੀਰ ਨਹੀਂ ਹੈ ਇਹ 140 ਕਰੋੜ ਲੋਕਾਂ ਦਾ ਦੇਸ਼ ਹੈ ਇਹ ਆਜ਼ਾਦੀ ਸਾਨੂੰ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਵਰਗੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਲੈ ਕੇ ਦਿੱਤੀ ਹੈ। ਇਹ ਕੀ ਸਮਝਦੇ ਨੇ ਕਿ ਜਿਹੜੀ ਮਰਜ਼ੀ ਪਾਰਟੀ ਦੇ ਆਗੂ ਨੂੰ ਅੰਦਰ ਕਰ ਦੋ, ਜਿਹੜੀ ਮਰਜ਼ੀ ਪਾਰਟੀਆਂ ਦੇ ਖਾਤੇ ਫ੍ਰੀਜ਼ ਕਰ ਦੋ, ਇੰਜ ਨਹੀਂ ਚੱਲੇਗਾ। ਮੁੱਖ ਮੰਤਰੀ ਨੇ ਸ਼ਾਰਾਨਾ ਅੰਦਾਜ਼ ਵਿੱਚ ਕਹਿ ਕਿ ਹਕੂਮਤ ਉਹ ਕਰਤੇ ਹੈ ਜਿਨਾਂ ਦਾ ਦਿਲੋਂ ਪਰ ਰਾਜ ਹੁੰਦਾ ਹੈ। ਯੂ ਕਹਿਨੇ ਕੋ ਤੂ ਮੁਰਗੇ ਕੇ ਸਰ ਪਰ ਵੀ ਤਾਜ ਹੁੰਦਾ ਹੈ। ਉਹਨਾਂ ਕਹਿ ਕਿ ਭਾਜਪਾ ਵਾਲੇ ਆਪਣੀ ਆਕਾਤ ਨ ਕੋਈ ਪਤਾ ਨਹੀਂ ਕਿ ਕਿਸ ਘਰ ਚ ਲੋਕਾਂ ਨੇ ਕਿਸ ਨੂੰ ਪਹੁੰਚਾਉਣਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਪਤਨੀ ਸੁਨੀਤਾ ਕੇਜਰੀਵਾਲ ਨੇ ਬਹੁਤ ਦੁੱਖ ਝੱਲੇ ਨੇ ਫਿਰ ਵੀ ਉਹਨਾਂ ਦੇ ਕੋਲ ਹੌਂਸਲਾ ਹੈ ਉਹਨਾਂ ਨੇ ਕਿਹਾ ਕਿ ਮੋਦੀ ਮੋਦੀ ਕਰਉਣਾ ਦਿਹਾੜੀਆਂ ਦੇਖ ਕੇ ਬਹੁਤ ਹੀ ਸੌਖਾ ਹੈ ਇੰਡੀਆ ਗੱਠ ਜੋੜ ਦੀ ਮਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ 'ਚ ਮੈਚ ਫਿਕਸਿੰਗ ਕੀਤੀ ਜਾ ਰਹੀ ਹੈ ਸਾਡੇ ਬੈਂਕ ਖਾਤੇ ਬੰਦ ਕਰ ਦਿੱਤੇ ਗਏ ਨੇ ਅਜਿਹਾ ਚੋਣਾਂ ਦੌਰਾਨ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੁਝ ਕਾਰੋਬਾਰੀ ਮਿਲ ਕੇ ਅਜਿਹਾ ਕਰ ਰਹੇ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇੰਨੇ ਦਿਨੀ ਆਈਪੀਐਲ ਮੈਚ ਚੱਲ ਰਹੇ ਨੇ ਤੁਸੀਂ ਸਾਰਿਆਂ ਨੇ ਮੈਚ ਫਿਕਸਿੰਗ ਸ਼ਬਦ ਸੁਣਿਆ ਹੋਵੇਗਾ ਜਦੋਂ ਕੋਈ ਮੈਚ ਬੇਈਮਾਨੀ ਨਾਲ ਅੰਪਾਇਰ ਤੇ ਦਬਾਅ ਕੇ ਖਿਡਾਰੀ ਖਰੀਦ ਕੇ ਜਿੱਤਿਆ ਜਾਂਦਾ ਹੈ ਤਾਂ ਸਾਡੇ ਸਾਹਮਣੇ ਲੋਕ ਸਭਾ ਚੋਣਾਂ ਦੇ ਸਾਡੀ ਟੀਮ 'ਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੋ ਖਿਡਾਰੀਆਂ ਨੂੰ ਗ੍ਰਿਫਤਾਰ ਕਰਕੇ ਅੰਦਰ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਮਹਾਂ ਰੈਲੀ ਹੋ ਰਹੀ ਸੀ ਮਹਾਂ ਰੈਲੀ 'ਚ ਸ਼ਾਮਲ ਹੋਣ ਪੁੱਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਉਹਨਾਂ ਕਹਿ ਕਿ ਭਾਜਪਾ ਏਜੰਸੀਆਂ ਦੀ ਦੁਰਵਰਤੋਂ ਕਰਕੇ ਦੇਸ਼ ਵਿੱਚ ਤਾਨਾਸ਼ਾਹੀ ਫੈਲਾ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਉਹਨਾਂ ਕਹਿ ਕਿ ਜੇਕਰ ਅੱਜ ਕੋਈ ਪਿੰਡ ਵਿੱਚ ਜਾ ਕੇ ਪੁੱਛੇ ਕਿ ਈਡੀ ਕੀ ਉਹ ਵੀ ਕਾਂਗਰਸ ਦੀ ਈਡੀਓ ਸੰਸਥਾ ਜਿਸ ਨੂੰ ਪਾਜਪਾ ਆਪਣੇ ਦੁਸ਼ਮਨਾ ਦੀ ਆਵਾਜ਼ ਨੂੰ ਦਬਾਉਣ ਲਈ ਵਰਤਦੀ ਹੈ ਉਹਨਾਂ ਕਹਿੰਦੇ ਕਿ ਜਿਸ ਤਰੀਕੇ ਨਾਲ ਇੱਕ ਫਰਜ਼ੀ ਕੇਸ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਉਸ ਦੇ ਖਿਲਾਫ ਇੰਡੀਆ ਗੱਠ ਜੂਰ ਦੇ ਸਾਰੇ ਦਲ ਰਾਮਲੀਲਾ ਮੈਦਾਨ ਦੇ ਵਿੱਚ ਇਕੱਠੇ ਹੋ ਕੇ ਮਹਾਂ ਰੈਲੀ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਹੋ ਰਹੀ ਰੈਲੀ 'ਚ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਫਤਾਰੀ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਗਈ ਹੈ। ਉਹਨਾਂ ਕਹਿੰਦੇ ਕਿ ਇਕੱਠੇ ਹੋਏ ਲੋਕਾਂ ਵੱਲੋਂ ਆਪਮਹਾਰੇ ਇੱਥੇ ਪਹੁੰਚ ਕੇ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਹ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਇਹ ਵੱਡਾ ਕੱਠ ਸਾਬਤ ਹੋਏਗਾ। ਇਸ ਦਾ ਅਸਰ ਪੂਰਾ ਹੋਵੇਗਾ। ਦੇਸ਼ ਵਿੱਚ ਹਰ ਨਾਗਰਿਕ ਇਹ ਮਹਿਸੂਸ ਕਰ ਰਿਹਾ ਹੈ। ਭਾਜਪਾ ਦੀ ਮੋਦੀ ਸਰਕਾਰ ਨੇ ਤਾਨਾਸ਼ਾਹੀ ਰਵੱਈਏ ਨਾਲ ਅਰਵਿੰਦ ਕੇਜਰੀਵਾਲ ਦੀ ਗ੍ਰਫਤਾਰੀ ਕੀਤੀ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਅਜਿਹਾ ਕਰਕੇ ਲੋਕਤੰਤਰ ਦਾ ਕਾਣ ਕੀਤਾ ਜਾ ਰਿਹਾ ਹੈ। ਇਕੱਠ ਭਾਜਪਾ ਦੀਆਂ ਜੜਾਂ ਹਿਲਾ ਦੇਗਾ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਭਾਜਪਾ ਦਾ ਕੁਝ ਵੀ ਨਹੀਂ ਹੈ ਭਾਜਪਾ ਤਕੜੀ ਚ ਡੱਡੂ ਇਕੱਠੇ ਕਰ ਰਹੀ ਹੈ ਉਧ ਦੂਜੇ ਪਾਸੇ ਕੈਬਨਟ ਮੰਤਰੀ ਅਮਨ ਅਰੂੜਾ ਨੇ ਕਿਹਾ ਕਿ ਭਾਜਪਾ ਨੇ ਈਡੀ ਚ ਪੂਰੇ ਦੇਸ਼ ਦਾ ਡਰ ਦਾ ਮਾਹੌਲ ਪੈਦਾ ਕੀਤਾ ਉਹਨਾਂ ਕਹਿ ਕੇ ਜੇਕਰ ਸਾਡੇ ਦੇਸ਼ ਚ ਲੋਕਤੰਤਰ ਨਹੀਂ ਬਚਿਆ ਤਾਂ ਫਿਰ ਰੂਸ ਵਾਲਾ ਹਾਲ ਹੋ ਜਾਏਗਾ ਜਿੱਥੇ ਵਿਰੋਧੀ ਧਿਰ ਚ ਬੰਦਾ ਹੀ ਕੋਈ ਨਹੀਂ ਹੈ ਜਿਵੇਂ ਰੂਸ ਹੌਲੀ ਹੌਲੀ ਤਾਨਾਸ਼ਾਹ ਰਾਜਵਾਲ ਚਲਾ ਗਿਆ ਮੈਨੂੰ ਸਾਡਾ ਦੇਸ਼ ਵੀ ਉਸੇ ਵੱਲ ਜਾਂਦਾ ਹੋਇਆ ਨਜ਼ਰ ਆ ਰਿਹਾ ਜੇਕਰ ਉਹਨਾਂ ਹਾਲਾਤਾਂ ਤੋਂ ਬਚਣਾ ਹੈ ਜੋ ਰੂਸ ਵਿੱਚ ਪੈਦਾ ਹੋ ਚੁੱਕੇ ਨੇ ਤਾਂ ਅੱਜ ਸਾਰੇ ਦੇਸ਼ ਨੂੰ ਇਸ ਰੈਲੀ ਨੂੰ ਸਮਰਥਨ ਦੇਣਾ ਪਏਗਾ ਉਨਾ ਕਿਆਕ ਜਿਵੇਂ ਰੂਸ ਹੌਲੀ ਹੌਲੀ ਤਾਨਾਸ਼ਾ ਵੱਲ ਜਾ ਰਿਹਾ ਉਸੇ ਤਰ੍ਹਾਂ ਇਹੀ ਹਾਲਾਤ ਹੋ ਰਹੇ ਨੇ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਹੁਣਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਰਾਮਲੀਲਾ ਮੈਦਾਨ ਚ ਭਾਰਤ ਗੱਠ ਜੋੜ ਦੀ ਰੈਲੀ ਚੋਂ ਸ਼ਰਕਤ ਕਰਨਗੇ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਚ ਭੇਜੇਗੇ ਸੰਮਨ ਸੰਦੇਸ਼ ਨੂੰ ਪੜਨਗੇ ਆਮ ਆਦਮੀ ਪਾਰਟੀ ਵੱਲੋਂ ਇਹ ਜਾਣਕਾਰੀ ਸਾਂਝਾ ਕੀਤੀ ਗਈ ਹੈ ਆਪ ਦੇ ਕਸੂਤਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਰਾਮਲੀਲਾ ਮੈਦਾਨ ਤੇ ਭਾਰਤ ਗੱਠ ਜੋੜ ਦੀ ਵਿਸ਼ਾਲ ਰੈਲੀ ਵਿੱਚ ਹਿੱਸਾ ਲੈਣਗੇ ਆਪਣੇ ਪਤੀ ਦਾ ਸੰਦੇਸ਼ ਪੜਨਗੇ ਜੋ ਉਸ ਨੂੰ ਇਹ ਦੀ ਦੀ ਹਰਾਸਤ ਵਿੱਚੋਂ ਦਿੱਤਾ ਹੈ ਇਹ ਦੇਸ਼ ਲਈ ਉਹਨਾਂ ਦਾ ਸੰਦੇਸ਼ ਹੋਵੇਗਾ ਫਲਹਾਲ ਇਸਨ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫ ਐਮ ਸਤਿ ਸ੍ਰੀ ਅਕਾਲ